ਜਦੋਂ ਵੀ ਇੱਕ ਟੀਵੀ ਤੇ ਚੱਲਦਾ ਹੈ ਨਾ ਕਿ ਮੇਰੇ ਪਿਆਰੇ ਭਾਈਓ ਔਰ ਬਹਿਨੋ ਤਾਂ ਸਾਰੇ ਡਰ ਜਾਂਦੇ ਆ ਕਿ ਪਤਾ ਨਹੀਂ ਕਿਹੜਾ ਨਵਾਂ ਸ਼ੋਸ਼ਾ ਛੱਡਣ ਲੱਗੀ ਸਰਕਾਰ। ਸਾਰੇ ਇਸ ਟਾਈਮ ਡਰੇ ਪਏ ਆ। ਪ੍ਰਧਾਨ ਮੰਤਰੀ ਬਣੇ ਨੇ, ਉਹਨਾਂ ਨੂੰ ਪਤਾ ਤਾਂ ਹੋਣਾ ਹੀ ਆ ਨਾ ਸਾਰਾ ਕੁਝ ਵੀ ਹਾਂ ਕਿਹਨੂੰ ਕੀ ਲੋੜ ਆ, ਤਾਂ ਹੀ ਉਹ ਮਨ ਕੀ ਬਾਤ ਕਰਦੇ, ਐ ਥੋੜੀ ਕਰਦੇ ਆ। ਉਹ ਤਾਂ ਫਿਰ ਖਲਨਾਇਕ ਫਿਲਮ ਵਾਲੇ ਮਨੀਸ਼ਪੁਰੀ ਵਾਲੇ ਹਿਸਾਬ ਹੈ, ਕੁਛ ਲੜਕੇ ਮਰਤੇ ਹੈ ਤੋ ਮਰਨੇ ਦੋ, ਕੁਛ ਬੱਸੇ ਜਲਤੀ ਹੈ ਤੋ ਜਲਨੇ ਦੋ, ਕੁਛ ਮਰੇਂਗੇ ਚੁੱਪ ਹੋ ਜਾਏਗੇ, ਉਹ ਹਿਸਾਬ ਹੈ ਜੀ। ਕਾਫੀ ਡਿਪਾਰਟਮੈਂਟਸ ਦੇ ਵਿੱਚ ਨੌਕਰੀਆਂ ਮਿਲੀਆਂ ਨੇ ਅਤੇ ਉਹ ਤਾਂ ਪੰਜਾਬ ਸਰਕਾਰ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਕਿ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਦੇਣ ਦੇ ਲਈ, ਲੇਕਿਨ ਥੱਲੇ ਮਿਲੀਆਂ ਕਿਹਨੂੰ ਇਹਦਾ ਕੋਈ ਪਤਾ ਨਹੀਂ ਕਰਾਉਂਦਾ ਕਿ ਕਿਹਨੂੰ ਨੌਕਰੀ ਮਿਲੀ। ਜਿਨ੍ਹਾਂ ਦੇ ਚਹੇਤੇ ਪਹਿਲਾਂ ਲੱਗੇ ਹੋਏ ਨੇ ਉਹਨਾਂ ਦੇ ਕਿਸੇ ਦਾ ਮਾਲੀ, ਕਿਸੇ ਦਾ ਡਰਾਈਵਰ, ਕਿਸੇ ਦਾ ਫਲਾਨਾ, ਬਾਹਰ ਆਮ ਜਨਤਾ ਤੱਕ ਕੁਛ ਨਹੀਂ ਪਹੁੰਚਦਾ। ਮਾਨਣੀਏ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ, ਉਹਨਾਂ ਨੇ ਤਾਂ ਸਿਰਫ ਆਪਣੇ ਮਨ ਦੀ ਗੱਲ ਕੀਤੀ ਹੈ, ਕੰਮ ਦੀ ਗੱਲ ਕੋਈ ਨਹੀਂ ਕੀਤੀ। ਅੱਜ ਤੱਕ ਸਿਰਫ ਮਨ ਦੀਆਂ ਹੀ ਗੱਲਾਂ ਕਰਦੇ ਆਏ ਆ, ਕੰਮ ਦੀ ਕੋਈ ਗੱਲ ਨਹੀਂ ਕਰਦੇ ਆਏ। ਲੁਧਿਆਣੇ ਦਾ ਹੌਜ਼ਰੀ ਜਗਤ ਪਿਛਲੇ ਸਾਲ ਵੀ ਬਰਬਾਦ ਹੋਇਆ, ਕਰੋਨਾ ਨਾਲ ਘੱਟ ਹੋਇਆ, ਇਹ ਸਰਕਾਰ ਦੀਆਂ ਨੀਤੀਆਂ ਕਾਰਨ ਜ਼ਿਆਦਾ ਹੋਇਆ। ਅੱਗੇ ਲੀਡਰ ਜਨਤਾ ਚੁਣਦੀ ਸੀ, ਹੁਣ ਤੁਹਾਡੀ ਸ਼ਰਾਬ ਨਾਲ ਵੋਟਾਂ ਤੁਹਾਨੂੰ ਮਿਲਾਉਣੀਆਂ ਪੈਂਦੀਆਂ, ਪੈਸੇ ਨਾਲ ਵੋਟਾਂ ਲੈਣੀਆਂ ਪੈਂਦੀਆਂ। ਇਹੋ ਜਿਹੀ ਸਰਕਾਰ ਨੂੰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਵੀ ਇਨਸਾਨ ਵੋਟਾਂ ਦੇ ਦਿਨਾਂ ਜਾ ਕੇ ਤੁਹਾਨੂੰ ਪੈਸੇ ਨਾਲ ਜਾਂ ਸ਼ਰਾਬ ਨਾਲ ਖਰੀਦਣ ਦੀ ਕੋਸ਼ਿਸ਼ ਕਰਨ, ਉਹਨਾਂ ਦੇ ਪੈਸੇ ਸ਼ਰਾਬ ਉਹਨਾਂ ਦੇ ਸਿਰ 'ਤੇ ਮੱਲੋ ਜਾ ਕੇ। ਕਾਲੇ ਕਾਨੂੰਨ ਲਿਆ ਕੇ ਕਿਸਾਨ ਵਿਚਾਰੇ ਕਾਫੀ ਅਰਸਿਆਂ ਤੋਂ ਉੱਥੇ ਦਿੱਲੀ ਧਰਨਿਆਂ 'ਚ ਬੈਠੇ ਆ, ਪੰਜਾਬ ਦੀਆਂ ਸੜਕਾਂ ਦੇ ਧਰਨਿਆਂ 'ਚ ਬੈਠੇ ਆ, ਉਹਨਾਂ ਦੀ ਸਾਰ ਲੈਣ ਦੇ ਲਈ ਕੋਈ ਨਹੀਂ ਆਇਆ। ਬੀਜੇਪੀ ਸਰਕਾਰ, ਸੈਂਟਰ ਸਰਕਾਰ ਬਿਲਕੁਲ ਉਹ 'ਚ ਫੇਲੀਅਰ ਹੋ ਰਹੀ ਹੈ। ਤਾਂ ਉਹੀ ਹਾਲ ਕੈਪਟਨ ਸਰਕਾਰ ਦਾ, ਘਰ ਘਰ ਨੌਕਰੀ ਦੇਵਾਂਗੇ ਜੀ। ਘਰ ਘਰ ਉਹਨੇ ਇਹ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ, ਇਹ ਆਪਣੇ MLA ਦੇ ਘਰ ਨੌਕਰੀ ਦੇਵਾਂਗੇ। ਸਾਡੇ ਇੱਥੇ ਜੋਗਿੰਦਰ ਪਾਂਡੇ ਜੀ ਨੂੰ ਕਹਿਤਾ ਕਿ ਤੁਹਾਡਾ ਮੁੰਡਾ ਤਹਿਸੀਲਦਾਰ ਲਾ ਦਾਂਗੇ ਸਿੱਧਾ, ਕਿਸੇ MLA ਦਾ, MP ਦਾ ਮੁੰਡਾ ਡਿਪਟੀ ਲਗਾ ਰਹੇ, ਡਾਇਰੈਕਟ ਭਰਤੀਆਂ ਹੋ ਰਹੀਆਂ। ਪਰ ਜੇ ਆਮ ਜਨਤਾ ਦੀ ਗੱਲ ਕਰੀਏ, ਉਹਨਾਂ ਲਈ ਇਹਨਾਂ ਨੇ ਕੁਛ ਨਹੀਂ ਕਰਨਾ, ਨਾ ਹੀ ਕੁਛ ਕਰ ਸਕਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਪੰਜਾਬ ਦੇ ਵਿੱਚ ਕੁਝ ਕੁ ਮਹੀਨੇ ਰਹਿ ਗਏ ਨੇ ਵੋਟਾਂ ਹੋਣਗੀਆਂ ਦੁਬਾਰਾ ਤੋਂ, ਅਤੇ ਪਬਲਿਕ ਜਿਹੜੀ ਹੈ, ਆਮ ਜਨਤਾ ਜਿਹੜੀ ਹੈ, ਪੰਜਾਬ ਦੇ ਵਿੱਚ ਸਰਕਾਰ ਚੁਣੂਗੀ ਦੁਬਾਰਾ ਤੋਂ। ਉੱਥੇ ਗੱਲ ਕੀਤੀ ਜਾਵੇ BJP ਦੀ ਸੈਂਟਰ ਸਰਕਾਰ ਜਿਹੜੀ ਆ, ਉਸ ਦੇ ਵੀ 7 ਸਾਲ ਪੂਰੇ ਹੋ ਚੁੱਕੇ ਨੇ। ਹਰੇਕ ਚਾਹੇ ਰਾਜ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਰੁਜ਼ਗਾਰ ਦਿੱਤਾ ਆ, ਡਿਵੈਲਪਮੈਂਟ ਕੀਤੀ ਹੈ, ਬਹੁਤ ਸਾਰੇ ਅਜਿਹੇ ਕੰਮ ਕੀਤੇ ਨੇ। ਗੱਲਬਾਤ ਕਰਾਂਗੇ ਆਮ ਪਬਲਿਕ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਇਸ ਨੂੰ ਲੈ ਕੇ, ਕਿ ਪੰਜਾਬ ਸਰਕਾਰ ਔਰ ਨਾਲ ਹੀ ਕੇਂਦਰ ਸਰਕਾਰ ਜਿਹੜੀ ਹੈ, ਉਹਨਾਂ ਦੋਨਾਂ ਨੇ ਕੀ ਕਾਰਜ ਕੀਤੇ ਨੇ, ਕਿ ਉਸ ਤੋਂ ਸੈਟਿਸਫਾਈ ਉਹ ਹੈਗੇ ਨੇ ਕਿ ਨਹੀਂ, ਸੰਤੁਸ਼ਟ ਨੇ ਕਿ ਨਹੀਂ। ਸਰ, ਤੁਸੀਂ ਸੁਣਿਆ ਹੋਊਗਾ ਕਿ ਕੇਂਦਰ ਸਰਕਾਰ ਦੇ 7 ਸਾਲ ਪੂਰੇ ਹੋ ਚੁੱਕੇ ਨੇ। ਉੱਥੇ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਦੇ ਵਿੱਚ ਵੀ ਹੁਣ ਵੋਟਾਂ ਹੋਣ ਵਾਲੀਆਂ ਕੁਝ ਮਹੀਨੇ ਰਹਿ ਚੁੱਕੇ ਨੇ, ਉਸ ਤੋਂ ਬਾਅਦ ਵੋਟਾਂ ਹੋਣਗੀਆਂ, ਪਬਲਿਕ ਨੇ ਦੁਬਾਰਾ ਯਾਨੀ ਕਿ ਸਰਕਾਰ ਆਪਣੀ ਚੁਣਨੀ ਆ। ਕਿੰਨੇ ਕੁ ਸੰਤੁਸ਼ਟ ਹੋ ਤੁਸੀਂ ਜਿਹੜੇ ਹੁਣ ਤੱਕ ਕਾਰਜ ਕੀਤੇ ਗਏ ਨੇ ਦੋਨਾਂ ਸਰਕਾਰਾਂ ਦੇ ਵੱਲੋਂ? ਦੇਖੋ, ਜੇ ਗੱਲ ਕਰੀਏ ਆਪਾਂ COVID-19 ਦੀ ਮਹਾਂਮਾਰੀ ਦੀ, ਕਿਉਂਕਿ ਇਸ ਸਾਲ ਇਹਦੀ ਦੂਸਰੀ ਲਹਿਰ ਆਈ ਹੈ। ਪਿਛਲੇ ਸਮੇਂ ਦੇ ਵਿੱਚ ਆਪਾਂ ਚਲੋ ਵੀ ਨਵੀਂ ਲਹਿਰ ਸੀ, ਲੋਕਾਂ ਨੂੰ ਜਾਗਰੂਕਤਾ ਨਹੀਂ ਸੀ, ਸਰਕਾਰਾਂ ਕੋਲ ਵੀ ਉਨੀ ਤਿਆਰੀ ਨਹੀਂ ਸੀ, ਲੇਕਿਨ ਦੇਖਿਆ ਜਾਵੇ ਤਾਂ ਉਸ ਤੋਂ ਸਾਲ ਬਾਅਦ ਅਗਰ ਦੁਬਾਰਾ ਜਿਵੇਂ ਲਹਿਰ ਆਈ ਹੈ, ਸਰਕਾਰਾਂ ਨੇ ਪਿਛਲੇ ਸਾਲ ਤੋਂ ਸਬਕ ਨਹੀਂ ਲਿਆ ਬਈ, ਇਹ ਦੁਬਾਰਾ ਜਿਵੇਂ ਸਟਾਰਟਿੰਗ ਹੋਈ ਹੈ ਤਾਂ ਉਹਨਾਂ ਦੇ ਸਬਕ ਨਾ ਲੈਣ ਕਰਕੇ ਹੀ ਜਿਹੜੀ ਆਮ ਜਨਤਾ ਬੜੀ ਪਰੇਸ਼ਾਨ ਰਹੀ ਹੈ। ਕਿਸੇ ਨੂੰ ਆਕਸੀਜਨ ਨਹੀਂ ਮਿਲੀ, ਕਿਸੇ ਨੂੰ ਬੈੱਡ ਨਹੀਂ ਮਿਲਿਆ, ਅਤੇ ਕਈ ਥਾਵਾਂ 'ਤੇ ਇਹਦਾ ਹਾਲੇ ਵੀ ਪਿੰਡਾਂ ਥਾਵਾਂ ਦੇ ਵਿੱਚ ਅਸੀਂ ਦੇਖਦੇ ਹਾਂ ਬਈ ਹਾਲੇ ਵੀ ਤਰਾਹੀ ਤਰਾਹੀ ਮਚੀ ਪਈ ਹੈ। ਲੇਕਿਨ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਤਾਂ ਉਹਨੇ ਕੋਸ਼ਿਸ਼ ਕੀਤੀ ਗਈ ਹੈ ਨਾ ਕਿ ਹਰੇਕ ਮੁਹੱਈਆ ਕਰਵਾਈ ਜਾਵੇ, ਆਕਸੀਜਨ ਮੁਹੱਈਆ ਕਰਵਾਈ ਜਾਵੇ, ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇ, ਆਪਣੇ ਵਰਕ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਵੀ ਜਿੱਥੇ ਵੀ ਲੋੜ ਪਈ ਹੈ। ਦੇਖੋ, ਜਿਹੜੀ ਵਰਕ ਦੀ ਗੱਲ ਹੈ, ਜਿਹੜੀ ਸਰਕਾਰ ਹੈ, ਜਿਵੇਂ ਮੁੱਖ ਮੰਤਰੀ ਸਾਹਿਬ ਨੇ ਜਾਂ ਮੰਤਰੀ ਸਾਹਿਬ ਨੇ, ਉੱਥੋਂ ਤਾਂ ਉਹ ਸਾਰਾ ਕੁਝ ਅੱਗੇ ਭੇਜਦੇ ਨੇ, ਲੇਕਿਨ ਜ਼ਮੀਨੀ ਹਕੀਕਤ ਕੀ ਹੈ ਇਹਦੇ ਬਾਰੇ ਤੁਸੀਂ ਜਾਂ ਅਸੀਂ ਜ਼ਿਆਦਾ ਜਾਣਦੇ ਹਾਂ। ਕਿਉਂਕਿ ਉਹ ਲੋਕ, ਮੰਨ ਲਓ ਕੋਈ ਚੰਡੀਗੜ੍ਹ ਤੋਂ ਕੋਈ ਸਮਾਨ, ਮੰਨ ਲਓ 500 ਜਾਂ 1000 ਪੀਸ ਭੇਜਿਆ ਗਿਆ, ਅਤੇ ਉਹ ਕਿੱਥੇ ਰਸਤੇ 'ਚ ਗੈਪ ਹੋ ਜਾਂਦਾ, ਜਦੋਂ ਅਸੀਂ ਹਸਪਤਾਲਾਂ 'ਚ ਜਾਂਦੇ ਹਾਂ ਜਾਂ ਜ਼ਰੂਰਤਮੰਦ ਹੋਸਪਿਟਲ 'ਚ ਜਾਂਦਾ, ਉਸ ਦੇ ਵਿੱਚ ਉਹਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ, ਔਰ ਜਨਤਾ ਜਿਹੜੀ ਹੈ ਬੜੀ ਪਰੇਸ਼ਾਨ ਹੁੰਦੀ ਹੈ। ਕਈ ਵੀਡੀਓ ਵਾਇਰਲ ਹੁੰਦੀਆਂ, ਕਈ ਕੁਛ ਹੁੰਦਾ, ਸੱਚਾਈਆਂ ਸਾਹਮਣੇ ਆਉਂਦੀਆਂ ਨੇ, ਉੱਪਰੋਂ ਕੀ ਹੁੰਦਾ ਅਤੇ ਹੇਠਾਂ ਆ ਕੇ ਕੀ ਹੁੰਦਾ ਸਾਰਿਆਂ ਨੂੰ ਪਤਾ ਹੀ ਆ। ਰੁਜ਼ਗਾਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ, ਰੁਜ਼ਗਾਰ ਮਿਲਿਆ ਪੰਜਾਬ ਦੇ ਵਿੱਚ ਜਿੱਦਾਂ ਸੈਂਟਰ ਸਰਕਾਰ ਦੇ ਵਿੱਚ ਕਿਸੇ ਨੂੰ? ਸੈਂਟਰ ਸਰਕਾਰ ਤੋਂ ਵੀ ਨਹੀਂ ਮਿਲਿਆ ਜੀ, ਪੰਜਾਬ ਸਰਕਾਰ ਤੋਂ ਵੀ ਨਹੀਂ ਮਿਲਿਆ ਜੀ। ਕੁਛ ਚਹੇਤਿਆਂ ਦੇ ਜਿਹੜੇ ਨਾਮ ਆਉਂਦੇ ਨੇ, ਇੱਥੇ ਇਹਨਾਂ ਨੂੰ ਆਹ ਨੌਕਰੀਆਂ ਦੇਤੀਆਂ, ਇੱਥੇ ਸਰਕਾਰੀ ਨੌਕਰੀਆਂ ਦੇਤੀਆਂ, ਆਮ ਪਬਲਿਕ ਨੂੰ ਕੁਛ ਨਹੀਂ ਮਿਲਿਆ। ਲੇਕਿਨ ਹੁਣ ਤਾਂ ਕੱਢੀਆਂ ਗਈਆਂ ਨਾ ਜਿਹੜੀਆਂ ਪੰਜਾਬ ਸਰਕਾਰ ਦੇ ਵੱਲੋਂ ਵੀ ਨੌਕਰੀ ਕੱਢੀਆਂ ਗਈਆਂ, ਪੰਜਾਬ ਪੁਲਿਸ 'ਚ ਕੱਢੀਆਂ ਗਈਆਂ, ਪਤਾ ਨਹੀਂ ਕਿੱਥੇ ਕੱਢੀਆਂ ਗਈਆਂ ਨੇ, ਕਾਫੀ ਡਿਪਾਰਟਮੈਂਟਸ ਦੇ ਵਿੱਚ ਨੌਕਰੀਆਂ ਮਿਲੀਆਂ ਨੇ, ਅਤੇ ਉਹ ਤਾਂ ਪੰਜਾਬ ਸਰਕਾਰ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਕਿ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਦੇਣ ਦੇ ਲਈ। ਸਰਕਾਰਾਂ ਤਾਂ ਦੇਖੋ ਕੋਸ਼ਿਸ਼ ਕਰਦੀਆਂ, ਉੱਪਰ ਆਰਡਰ ਹੋ ਗਿਆ, ਲੇਕਿਨ ਥੱਲੇ ਮਿਲੀਆਂ ਕਿਹਨੂੰ ਇਹਦਾ ਕੋਈ ਪਤਾ ਨਹੀਂ ਕਰਾਉਂਦਾ ਕਿ ਕਿਹਨੂੰ ਨੌਕਰੀ ਮਿਲੀ। ਜਿਨ੍ਹਾਂ ਦੇ ਚਹੇਤੇ ਪਹਿਲਾਂ ਲੱਗੇ ਹੋਏ ਨੇ, ਉਹਨਾਂ ਦੇ ਕਿਸੇ ਦਾ ਮਾਲੀ, ਕਿਸੇ ਦਾ ਡਰਾਈਵਰ, ਕਿਸੇ ਦਾ ਫਲਾਨਾ,
ਤੁਸੀਂ ਕਹਿਣਾ ਚਾਹੁੰਦੇ ਹੋ ਜਿਹੜੇ ਹੁਣ ਤੱਕ ਕਾਰਜ ਕੀਤੇ ਗਏ ਨੇ ਸੈਂਟਰ ਸਰਕਾਰ ਦੇ ਵੱਲੋਂ ਤੇ ਪੰਜਾਬ ਸਰਕਾਰ ਦੇ ਵੱਲੋਂ? ਪਹਿਲੀ ਗੱਲ ਤਾਂ ਮੈਂ ਜੇ ਸੈਂਟਰ ਸਰਕਾਰ ਦੀ ਗੱਲ ਕਰੀਏ ਤਾਂ ਸੈਂਟਰ ਸਰਕਾਰ ਨੇ ਸਾਡੇ ਮਾਨਣੀਏ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਉਹਨਾਂ ਨੇ ਤਾਂ ਸਿਰਫ ਆਪਣੇ ਮਨ ਦੀ ਗੱਲ ਕੀਤੀ ਹੈ, ਕੰਮ ਦੀ ਗੱਲ ਕੋਈ ਨਹੀਂ ਕੀਤੀ। ਅੱਜ ਤੱਕ ਸਿਰਫ ਮਨ ਦੀਆਂ ਹੀ ਗੱਲਾਂ ਕਰਦੇ ਆਏ ਆ, ਕੰਮ ਦੀ ਕੋਈ ਗੱਲ ਨਹੀਂ ਕਰਦੇ ਆਏ। ਜਿਵੇਂ ਆਪਾਂ ਕਹਿ ਦਈਏ ਆਹ ਕਾਲੇ ਕਾਨੂੰਨ ਲਿਆ ਕੇ ਕਿਸਾਨ ਵਿਚਾਰੇ ਕਾਫੀ ਅਰਸਿਆਂ ਤੋਂ ਉੱਥੇ ਦਿੱਲੀ ਧਰਨਿਆਂ 'ਚ ਬੈਠੇ ਆ, ਪੰਜਾਬ ਦੀਆਂ ਸੜਕਾਂ ਦੇ ਧਰਨਿਆਂ 'ਚ ਬੈਠੇ ਆ, ਉਹਨਾਂ ਦੀ ਸਾਰ ਲੈਣ ਦੇ ਲਈ ਕੋਈ ਨਹੀਂ ਆਇਆ। ਬੀਜੇਪੀ ਸਰਕਾਰ ਸੈਂਟਰ ਸਰਕਾਰ ਬਿਲਕੁਲ ਉਹ 'ਚ ਫੇਲੀਅਰ ਹੋ ਰਹੀ ਹੈ। ਔਰ ਆਏ ਦਿਨ ਹਰ ਹੁਣ ਜਦੋਂ ਵੀ ਇੱਕ ਟੀ ਵੀ 'ਤੇ ਚੱਲਦਾ ਨਾ ਕਿ ਮੇਰੇ ਪਿਆਰੇ ਭਾਈਓ ਔਰ ਬਹਿਨੋ, ਤਾਂ ਸਾਰੇ ਡਰ ਜਾਂਦੇ ਆ ਕਿ ਪਤਾ ਨਹੀਂ ਕਿਹੜਾ ਨਵਾਂ ਸ਼ੋਸ਼ਾ ਛੱਡਣ ਲੱਗੀ ਸਰਕਾਰ। ਸਾਰੇ ਇਸ ਟਾਈਮ ਡਰੇ ਪਏ ਆ। ਜੇ ਆਪਾਂ ਕਰੀਏ ਪੰਜਾਬ ਸਰਕਾਰ ਦੀ ਗੱਲ ਤਾਂ ਉਹੀ ਹਾਲ ਕੈਪਟਨ ਸਰਕਾਰ ਦਾ, ਘਰ ਘਰ ਨੌਕਰੀ ਦੇਵਾਂਗੇ ਜੀ। ਘਰ ਘਰ ਉਹਨੇ ਇਹ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ, ਇਹ ਆਪਣੇ MLA ਦੇ ਘਰ ਨੌਕਰੀ ਦੇਵਾਂਗੇ। ਸਾਡੇ ਇੱਥੇ ਜੋਗਿੰਦਰ ਪਾਂਡੇ ਜੀ ਨੂੰ ਕਹਿਤਾ ਕਿ ਤੁਹਾਡਾ ਮੁੰਡਾ ਤਹਿਸੀਲਦਾਰ ਲਾ ਦਾਂਗੇ ਸਿੱਧਾ, ਕਿਸੇ MLA ਦਾ MP ਦਾ ਮੁੰਡਾ ਡਿਪਟੀ ਲਗਾ ਰਹੇ, ਡਾਇਰੈਕਟ ਭਰਤੀਆਂ ਹੋ ਰਹੀਆਂ। ਪਰ ਜੇ ਆਮ ਜਨਤਾ ਦੀ ਗੱਲ ਕਰੀਏ ਉਹਨਾਂ ਲਈ ਇਹਨਾਂ ਨੇ ਕੁਛ ਨਹੀਂ ਕਰਨਾ, ਨਾ ਹੀ ਕੁਛ ਕਰ ਸਕਦੇ ਆ। ਜਦੋਂ ਵੋਟਾਂ ਆਉਣ ਦਾ ਟਾਈਮ ਆਊਗਾ ਉਦੋਂ ਵੱਡੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਆ, ਵੱਡੀਆਂ ਵੱਡੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ। ਔਰ ਤੁਸੀਂ ਆ ਸੜਕਾਂ ਦਾ ਹਾਲ ਦੇਖ ਲਓ, ਆਉਣ ਵਾਲੇ ਟਾਈਮ 'ਚ ਜਦੋਂ ਵੋਟਾਂ ਲੱਗ ਜਾਣੀਆਂ ਇਹਨਾਂ ਨੇ ਦਵਾ ਦਵ ਉੱਥੇ ਮਿੱਟੀ ਪਾ ਕੇ ਉੱਪਰ ਸੜਕਾਂ ਵੀ ਬਣਾ ਦੇਣੀਆਂ, ਸਾਰਾ ਕੁਛ ਵੀ ਕਰ ਦੇਣਾ। ਪਰ ਆਮ ਜਨਤਾ ਦੀ ਸਾਰ ਨਹੀਂ ਪੁੱਛਣੀ ਕਿਸੇ ਨੇ ਵੀ। ਤੁਸੀਂ ਮਨ ਕੀ ਬਾਤ ਨਾਲ ਬਹੁਤ ਦੁਖੀ ਲੱਗਦੇ ਹੋ, ਕਿਉਂ ਇੰਨਾ ਦੁਖੀ ਕਿਉਂ ਹੁੰਦੀ ਮਨ ਕੀ ਬਾਤ? ਮਨ ਕੀ ਬਾਤ ਨਾਲ ਦੇਖੋ ਜੀ ਪੂਰਾ ਇੰਡੀਆ ਹੀ ਦੁਖੀ ਹੋ ਗਿਆ। ਮਨ ਕੀ ਬਾਤ ਕਿੰਨੀ ਕੁ ਸੁਣੀਏ, ਕੋਈ ਕੰਮ ਦੀ ਗੱਲ ਹੋਵੇ ਤਾਂ ਫਿਰ ਕਰੀਏ। ਤੁਸੀਂ ਆਪਣੀ ਮਨ ਕੀ ਬਾਤ ਸੁਣਾਉਣਾ ਚਾਹੁੰਦੇ ਹੋ? ਮੈਂ ਕਿਹਾ ਜੀ ਸਾਰੀ ਜਨਤਾ ਦੀ ਮਨ ਦੀ ਆਵਾਜ਼, ਲੋਕਾਂ ਦੀ ਮਨ ਦੀ ਆਵਾਜ਼ ਸੁਣੇ। ਆਪਣੀ ਮਨ ਦੀ ਬਾਤ ਨੂੰ ਅਸੀਂ ਕੀ ਕਰਨਾ, ਜਨਤਾ ਦੇ ਮਨ ਦੀ ਗੱਲ ਸੁਣੇ ਕਿ ਜਨਤਾ ਚਾਹੁੰਦੀ ਕੀ ਹੈ ਉਹਨੂੰ ਪਤਾ ਹੀ ਨਹੀਂ ਹੈ ਕਿ ਜਨਤਾ ਕੀ ਚਾਹੁੰਦੀ ਹੈ। ਭੁੱਖੇ ਮਾਰ ਕੇ ਰੱਖਤਾ ਉਹਨੇ ਜਨਤਾ ਨੂੰ, ਨਾ ਕਦੇ ਕਿਸੇ ਨੂੰ ਕੋਈ ਕੋਈ ਨੌਕਰੀਆਂ ਦਿੱਤੀਆਂ, ਨਾ ਕਿਸੇ ਨੂੰ ਕੁਛ ਦਿੱਤਾ। ਜਨਤਾ ਭੁੱਖੇ ਮਰੀ 'ਚ ਤੁਲੀ ਹੋਈ ਆ, ਤੁਸੀਂ ਪਤਾ ਹੋਊਗਾ ਤੁਹਾਨੂੰ ਕਿੰਨੇ ਲੋਕ ਫਾਹੇ ਲੈ ਮਰ ਗਏ। ਪਰ ਨਹੀਂ, ਪ੍ਰਧਾਨ ਮੰਤਰੀ ਬਣੇ ਨੇ, ਉਹਨਾਂ ਪਤਾ ਤਾਂ ਹੋਣਾ ਹੀ ਆ ਨਾ ਸਾਰਾ ਕੁਝ ਵੀ ਹਾਂ ਕਿਹਨੂੰ ਕੀ ਲੋੜ ਆ, ਤਾਂ ਹੀ ਉਹ ਮਨ ਕੀ ਬਾਤ ਕਰਦੇ, ਐਂ ਥੋੜ੍ਹੀ ਕਰਦੇ ਆ। ਉਹ ਤਾਂ ਫਿਰ ਖਲਨਾਇਕ ਫਿਲਮ ਵਾਲੇ ਮਨੀਸ਼ਪੁਰੀ ਵਾਲੇ ਹਿਸਾਬ ਹੈ, ਕੁਛ ਲੜਕੇ ਮਰਤੇ ਹੈ ਤੋ ਮਰਨੇ ਦਿਓ, ਕੁਛ ਬੱਸੇ ਜਲਤੀ ਹੈ ਤੋ ਜਲਨੇ ਦਿਓ, ਕੁਛ ਮਰੇਂਗੇ ਚੁੱਪ ਹੋ ਜਾਏਗੇ, ਉਹ ਹਿਸਾਬ ਹੈ ਜੀ। ਆਪਣੇ ਬਸ ਮਨ ਦੀ ਗੱਲ ਹੀ ਕਰਦੇ ਆ, ਦੂਜੇ ਦੀ ਗੱਲ ਦੀ ਕੋਈ ਪਰਵਾਹ ਨਹੀਂ ਉਹਨਾਂ ਨੂੰ। ਜਿਵੇਂ ਹੁਣ ਭਾਅ ਜੀ ਨਾਲ ਗੱਲ ਕਰਕੇ ਸਾਡਾ ਕਹਿੰਦੇ ਮਨ ਕੀ ਬਾਤ 'ਤੇ ਵੀ ਬਹੁਤ ਦੁਖੀ ਹੈ, ਤੁਸੀਂ ਵੀ ਦੁਖੀ ਹੋ? ਦੇਖੋ, ਕੇਵਲ ਇੱਕ ਜਾਂ ਦੋ ਨਹੀਂ, ਸਾਰਾ ਦੇਸ਼ ਇਸ ਵੇਲੇ ਦੁਖੀ ਹੈ, ਕਿਉਂਕਿ ਦੇਸ਼ ਨੂੰ ਬਹੁਤ ਸਾਰੀਆਂ ਉਮੀਦਾਂ ਸੀ। ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਿਹੜੇ ਦਾਅਵੇ ਸੀ ਨਾ, ਉਹਨਾਂ ਦੇ ਉੱਤੇ ਜੇ ਅਸੀਂ ਕਹੀਏ 100 ਤੋਂ 100% ਨਹੀਂ, 100 ਦੇ ਵਿੱਚੋਂ ਕੁਛ ਪਰਸੈਂਟ ਹੀ ਉਹ ਹਾਸਲ ਕਰ ਪਾਏ ਆ। ਲੇਕਿਨ ਸਾਡੀਆਂ ਉਮੀਦਾਂ ਸਾਰਿਆਂ ਦੀ ਸੀ ਵੀ 100% ਕਿ ਅਸੀਂ ਇੱਕ ਐਸਾ ਪ੍ਰਧਾਨ ਮੰਤਰੀ ਚੁਣਿਆ ਜਿਹੜਾ ਵਾਕਈ ਜਨਤਾ ਦੇ ਹਿੱਤਾਂ ਦੀ ਸੋਚੇਗਾ। ਅੱਜ ਜੇ 1 ਸਾਲ ਹੋ ਗਿਆ ਆਪਣੀ ਈਗੋ ਦੇ ਕਰਕੇ ਕਿਸਾਨਾਂ ਨੂੰ ਧਰਨੇ 'ਤੇ ਬਿਠਾਇਆ ਹੋਇਆ, ਜੇ 1 ਵਾਰ ਤੁਸੀਂ ਕਾਨੂੰਨ ਵਾਪਸ ਲੈ ਲੈਂਦੇ ਹੋ, ਤੁਹਾਡੇ ਕੋਲ ਦੁਬਾਰਾ ਕਾਨੂੰਨ ਲਿਆਉਣ ਦਾ ਪ੍ਰੋਵੀਜ਼ਨ ਨਹੀਂ ਹੈ। ਜੇ ਤੁਸੀਂ ਗੱਲ ਕਰ ਰਹੇ ਹੋ ਈਗੋ ਦੀ ਲੜਾਈ ਲੜ ਰਹੇ ਹਾਂ, ਜੇ ਕਿਸਾਨ ਸਾਡੇ ਦੇਸ਼ ਦਾ ਜਿਹੜਾ ਅੰਨਦਾਤਾ ਵਾ, ਜੇ ਉਹੀ ਸੁਖੀ ਨਹੀਂ ਹੈ ਤਾਂ ਕਾਰੋਬਾਰੀ ਕਿੱਦਾਂ ਸੁਖੀ ਹੋ ਜਾਏਗਾ, ਵਪਾਰੀ ਕਿੱਦਾਂ ਸੁਖੀ ਹੋ ਜਾਏਗਾ? ਉਹਨਾਂ ਦੇ ਕਰਕੇ ਟ੍ਰੇਨਾਂ ਨਹੀਂ ਚੱਲ ਰਹੀਆਂ, ਟ੍ਰੇਨਾਂ ਜੇ ਚਲਾਉਂਦੀ ਹੈ ਫਿਰ ਕਈ ਵਾਰ ਬੰਦ ਕਰ ਦਿੰਦੇ ਆ ਵੀ ਕਿਸਾਨਾਂ ਨੂੰ ਹਰਾਸਮੈਂਟ ਕੀਤੀ ਜਾਵੇ। ਜਦੋਂ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਤੁਸੀਂ ਮਾਲ ਗੱਡੀਆਂ ਚਲਾ ਦਿਓ, ਲੋਕਾਂ ਦੇ ਵਪਾਰ ਪ੍ਰਭਾਵਿਤ ਹੋ ਰਹੇ ਆ, ਤਾਂ ਜਾਣ ਬੁੱਝ ਕੇ ਇਹਨਾਂ ਨੇ ਮਾਲ ਗੱਡੀਆਂ ਵੀ ਜਿਹੜੀਆਂ ਬੰਦ ਦੁਆਰਾ ਕਰਤੀਆਂ। ਜਦ ਲੋਕਾਂ ਦਾ ਵਪਾਰ ਦੇ ਵਿੱਚ ਜਿਹੜਾ ਮਾਲ ਨਹੀਂ ਪਹੁੰਚਣਾ, ਔਰ ਉਸ ਤੋਂ ਬਾਅਦ ਮੇਨ ਸਾਰੀਆਂ ਟ੍ਰੇਨਾਂ ਬੰਦ ਹੋਣ ਕਰਕੇ ਉਦਯੋਗਿਕ ਸ਼ਹਿਰਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ, ਆਪਾਂ ਲੁਧਿਆਣੇ ਸ਼ਹਿਰ ਖੜ੍ਹੇ ਹਾਂ, ਇੱਥੇ ਜੇ ਮੰਨ ਲਓ ਵਪਾਰੀਆਂ ਦਾ ਹੱਬ ਹੈ, ਹੌਜ਼ਰੀ ਦਾ ਹੱਬ ਲਾ ਲਓ, ਸਾਈਕਲ ਇੰਡਸਟਰੀ ਦਾ ਹੱਬ ਲਾ ਲਓ, ਜਾਂ ਹੋਰ ਕਾਰੋਬਾਰਾਂ ਦਾ, ਜਦ ਬਾਹਰਲਾ ਵਪਾਰੀ ਇੱਥੇ ਪਹੁੰਚਣਾ ਨਹੀਂ ਤਾਂ ਕਾਰੋਬਾਰ ਕਿਸ ਤਰੀਕੇ ਲੋਕ ਕਰਨਗੇ? ਲੁਧਿਆਣੇ ਦਾ ਹੌਜ਼ਰੀ ਜਗਲ ਪਿਛਲੇ ਸਾਲ ਵੀ ਬਰਬਾਦ ਹੋਇਆ, ਕਰੋਨਾ ਨਾਲ ਘੱਟ ਹੋਇਆ, ਇਹ ਸਰਕਾਰ ਦੀਆਂ ਨੀਤੀਆਂ ਕਾਰਨ ਜ਼ਿਆਦਾ ਹੋਇਆ। ਪਰ ਕਿਸੇ ਵੀ ਵਪਾਰੀ ਦੀ ਸੁੱਧ ਲੈਣ ਲਈ ਕਿਸੇ ਵੀ ਕੇਂਦਰ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਪਹਿਲਕਦਮੀ ਨਹੀਂ ਦਿਖਾਈ ਗਈ। ਕੋਈ ਇਹਨਾਂ ਦਾ ਮੰਤਰੀ MLA ਕੋਈ ਕਿਸੇ ਦੀ ਹੌਜ਼ਰੀ ਦੀ ਕਿਸੇ ਦੀ ਫੈਕਟਰੀ ਨਹੀਂ ਗਿਆ ਵੀ ਤੇਰਾ ਕਿੰਨਾ ਕੁ ਭਾਈ ਨੁਕਸਾਨ ਹੋਇਆ। ਰੇਡਾਂ ਤੁਸੀਂ ਹਰ ਵਾਰੀ ਮਰਵਾ ਦਿੰਦੇ ਹੋ ਜੇ ਕੋਈ ਗਲਤੀ ਨਾਲ ਵਪਾਰੀ 4 ਪੈਸੇ ਵੱਧ ਕਮਾ ਲਵੇ। ਲੇਕਿਨ ਜਿਹੜਾ ਹੁਣ ਨੁਕਸਾਨ ਹੁਣ ਲਗਾਤਾਰ 2 ਸਾਲਾਂ ਤੋਂ ਹੋ ਰਿਹਾ, ਚਾਹੇ ਉਹ ਕਰੋਨਾ ਕਰਕੇ ਚਾਹੇ ਕਿਸਾਨ ਅੰਦੋਲਨ ਕਰਕੇ, ਤੁਹਾਡੀ ਕੋਈ ਫਰਜ਼ ਨਹੀਂ, ਤੁਹਾਡਾ ਕੋਈ ਜ਼ਿੰਮੇਵਾਰੀ ਨਹੀਂ। ਤੁਸੀਂ ਗੱਲ ਕਰਦੇ ਹੋ ਵੀ ਬੀਜੇਪੀ ਸਰਕਾਰ ਨੇ ਕੁਛ ਕੀਤਾ ਨਹੀਂ, ਕੇਂਦਰ ਸਰਕਾਰ ਨੇ ਕੁਛ ਕੀਤਾ ਨਹੀਂ ਹੈਗਾ, ਕੇਂਦਰ ਸਰਕਾਰ ਨੇ ਤਾਂ ਬਹੁਤ ਕੁਛ ਕੀਤਾ ਹੈ। ਜਦੋਂ ਤੁਸੀਂ ਗੱਲ ਕਰੋਗੇ ਤੇ ਬੀਜੇਪੀ ਦੇ ਕਿਸੇ ਸਪੋਰਟਰ ਦੇ ਨਾਲ ਜਾਂ ਬੀਜੇਪੀ ਕਿਸੇ ਆਗੂ ਵਿਧਾਇਕ ਨਾਲ ਗੱਲ ਕਰਦੇ ਤਾਂ ਉਹਨਾਂ ਨੇ ਕਹਿਣਾ ਕਿ ਬਹੁਤ ਕੁਛ ਕੀਤਾ ਗਿਆ ਵਾ, ਉਹਨਾਂ ਨੇ ਬਹੁਤ ਡਿਵੈਲਪਮੈਂਟ ਹੋਈ ਆ, ਰੁਜ਼ਗਾਰ ਦਿੱਤਾ, ਬਹੁਤ ਕੁਛ ਦਿੱਤਾ ਉਹਨਾਂ ਨੇ, ਬਹੁਤ ਕੁਝ ਕੀਤਾ। ਲੱਖਾਂ ਹਜ਼ਾਰਾਂ ਕਰੋੜ ਰੁਪਏ ਦੀਆਂ ਮੂਰਤੀਆਂ ਬਣਾਈਆਂ ਜਿਹੜਾ ਪੂਰਾ ਵਿਸ਼ਵ ਘਰ ਬੈਠ ਕੇ ਦੇਖ ਰਿਹਾ ਆਨਲਾਈਨ, ਕਿਉਂਕਿ ਕਰੋਨਾ ਕਰਕੇ ਤਾਂ ਪੂਰੀ ਵੈਸ਼ਵਿਕ ਮਹਾਮਾਰੀ ਕਰਕੇ ਕੋਈ ਘਰੋਂ ਨਿਕਲ ਨਹੀਂ ਰਿਹਾ। ਅਗਲਾ ਕਹਿੰਦਾ ਮੂਰਤੀ ਕਿਹੜਾ ਬਣਾਉਣਾ, ਕਿਹੜਾ ਕੋਈ ਮਾੜੀ ਗੱਲ ਹੈ? ਜਿਹੜਾ ਮੈਂ ਕਹਿੰਦਾ ਨਹੀਂ ਮਾੜੀ ਗੱਲ, ਆਪਣੀ ਜੇ
तुहानू अज अपने दफ्तर नवे नवीकरण करने का काम याद आ गया लोगों के पैसों नाल अपनी जेब चो बनाओ असं तुम्हें सल्यूट करा सजदा करा नमन करा बाकी है अपनी जेबा चो तुम श्रद्धांजलि दी है लोगों के टैक्सा के पैसे लोगों के उपर लगाए नहीं गए करोना के लोग ऑक्सीजन तो मरे दिल्ली होर शहरों में किन्ने शहरों में ऑक्सीजन करके लोगों की जान गई बैड नहीं मिलन करके जान गई अज एक साल पहला करोना शुरू होया सबनों पता ही साल का टाइम है हमने करोना की दूजी लहर भी आनी है तीजी लहर का भी अंदेशा कई स्टेटा आ गई है जे तुहानू हर चीज़ का अंदाजा पहले हो ही चुका अंतरयामी बाबे बन ही गए हो उसका हल क्यों नहीं कढ़ते कोई ऐसा मंत्र क्यों नहीं अपनी सरकार दे रहे फेरते कि लोगों की जान को बचाया जा सके डरा तो डर तुहानू हैगा लेकिन डर के नाल तुहानू ये भी अपनी कमजोरी पता है कि असी किता कुछ नहीं ना असी करना तुम देखो अच्छे लुधियाने के किसानों के वालों ना बीजेपी के आगू के घर का घेराव किया गया वा तो इस किमें देख रहे हो देखो ये तो घेराव तो होंगे ही रहने जदों जदों देश का किसान जिहड़ा जिन्हों की आप अन्नदाता कहने जब उ खुश नहीं है देश के दे ठीक है जी तो नैचुरली है गल वो नाल किसान तो खड़े खड़े है किसानों ने तो धरने दते दते है उन्होंने आम जनता भी किसानों के हक के खड़ी है और साढ़े वर्ग भी आम पब्लिक जी किसानों के हक च खड़ी है और इदे ही घेराव होंगे रहने जब तक बीजेपी की सरकार जी सेंटर से बैठी है काले कानून वापस नहीं लूगी ये पंजाबी ने पंजाबी पिछे हटने वाले तो नहीं है जब तक ये वापस नहीं होंगे जी अच्छा खीरला क्वेश्चन तुम्हें पूछते हैं मंग की है जे केंद्र को मंगना हो पंजाब सरकार के को मंगना मंगेगी मंग की होगी साड़ी मंग ये रहेगी कि लोगों का रूट लैवल पर आके उन्हों का भला सोचो लोग चाहते की है लोग तुहाड़ियां मूर्तियां नाल खुश नहीं हो रहे लोग तुहाडे तो कुछ एक्सपैक्ट करते हैं भी वाकई सानू एक ऐसी सरकार चाहिए है जे मान लो करोना वैश्विक महामारी वर्गी फ्यूचर के भी कोई इदा की आपदा आती है तो असं कितने सिक्योर हाँ असी टैक्स कि गोरमेंट दिने लोगों का बिल्कुल पूछना यह वाजब है क्योंकि बाहरले मुल्कों के कोई सरकार कोई उ रब नहीं बैठे उत्थे भी इंसान ही ने उन्होंने सरकार घर बैठ के लोगों को जो मुहैया कराती है हर चीज़ पैसा भी मुहैया कराती है राशन भी मुहैया कराती है लोगों को घर बैठे पे मिलती है इतने तो घर बैठे ही टैक्स दे रहे हैं असं तुम सूँ दे कुछ सकते नहीं साढ़े तो ले फिर जन्ने घर बैठिया ने बिजली बिल भी दिते घर बैठिया ने प्रॉपर्टी टैक्स भी दिते घर बैठिया ने सीवरेज पानी का बिल भी दिता बच्चे साढ़े स्कूल गए भी नहीं तुम हैरान होवोगे स्कूल माफिया एडा कि साढ़े देश के अंदर यह सरकार के उत्ते हावी हो चुके हैं क्यों पता नहीं प्राइवेट करन की इन्होंने या तो मंत्रियों भी खरीदया होया या उपर तक की पहा जाते हैं स्कूलों की फीसा के नाल नाल जिहड़ियां गड्डियां ने जिहड़ियां वाहीकल्स ने मान लो स्कूलों दी बसा ने वैना ने ये चार्जिज भी ले जा रहे हैं तुहाडियां वैना खड़ियां ने ड्राइवर तुहाडे काम नहीं कर रहे वो किदा तुसीं वैन चार्ज लै सकते हो अज एक आम परिवार को पुछो ही जाके उन्हूं घर बैठे किन्ने खर्चे करने पै रहे हैं वो तो सरकार को किलो किलो गालां कढ रहा हर बंदा तुसीं लोगों की हर समस्या के उत्ते समीक्षा करो और वड्डी गल चाहे पंजाब सरकार है चाहे केंद्र सरकार है देश का सिस्टम ऐसा होना चाहिए जे तुहाडे इलैक्शन आते हैं तुहानू इलैक्शन लखां करोड़ों रुपए की एडवरटाइजमेंट क्यों करनी पैंदी है तुहाडे काम बोलने चाहिए है हर जनता तुहानू अपने आप स्वीकार करनी चाहिए है अगे लीडर जनता चुनती सी हुण तुहाडी शराब नाल वोटां तुहानू मिलाणियां पैंदियां पैसे नाल वोटां लैणियां पैंदियां इहो जी सरकार नू मैं लोगों नू भी बेनती करदा कि जिहड़े भी इंसान वोटां दे दिनां जाके तुहानू पैसे नाल या शराब नाल खरीदण दी कोशिश करन उहनां दे पैसे शराब उहनां दे सिर ते मल्लो जाके सो तुसीं गल्लां सुणियां ने कि अगर वोटां आ रहियां ने तां एडवर्टाइजमेंट कई जिहड़े पार्टी करदियां जरूर ने पोस्टर लगाए जांदे ने पब्लिक दा कहना है कि तुहाडे काम बोलने चाहीदे ने तां ऑटोमैटिकली तुहानू जिहड़े आ वोटां पा देंगे है जो आम पब्लिक होंगी है सरकारों को वोटा अपने पाँच जो किसी सरकार ने काम किया हरेक पब्लिक का यही कहना है सो अगे देखना बनते क्योंकि की बनता है सो वधेरी अपडेट्स जुड़े रहो टेंशन कैमरा मैन समय थोड़े दिन कुछ फिल्म में लुधियाना।